ਸਲੋਗਨ ਵੀ ਲਿਖਿਆ ਹੋਇਆ, ਤੇਰਾ ਹਾਂ ਤੇਰਾ ਹੀ ਰੂਪ ਅਪਣਾਵਾਂਗਾ। ਹੁਣ ਤੱਕ ਕਿੰਨੇ ਲੋਕਾਂ ਨੇ ਪ੍ਰਣ ਕੀਤਾ? ਭੈਣ ਜੀ ਦੇਖੋ, ਕੱਲ੍ਹ ਕਾਫੀ ਅੱਛੇ ਬੰਦੇ ਆਏ ਸੀ, ਪ੍ਰਣ ਕਰ ਗਏ ਹੈ ਤੇਰਾ ਹਾਂ ਤੇਰਾ ਹੀ ਰੂਪ ਅਪਣਾਵਾਂਗਾ, ਠੀਕ ਨਾ। ਕੇਸ ਕਤਲ ਕਰਾਏ, ਠੀਕ ਨਾ, ਜਾਣੇ ਵਿੱਚ ਅਣਜਾਣੇ ਵਿੱਚ, ਠੀਕ ਨਾ, ਭੁੱਲੇ ਪਏ ਹਾਂ ਜੇ ਚੇਤੇ ਕਰਾ ਤੇ ਨਾ। ਮੈਂ ਕਹਿੰਦਾ ਤੁਸੀਂ ਕੋਈ ਕਿਸੇ ਕਹਿ ਕੇ ਦੇਖੋ, ਵਾਪਸੀ ਆਉਣ ਤਾਂ ਲਾਈਨ ਲੱਗੀ ਹੋਈ ਹੈ, ਠੀਕ ਨਾ। ਕਿੰਨੇ ਬੰਦੇ ਦੁਬਾਰਾ ਸਿੱਖ ਸਾਜ ਰਹੇ ਨੇ, ਠੀਕ ਨਾ, ਆਪਣਾ ਇਤਿਹਾਸ ਪਤਾ ਲੱਗ ਰਿਹਾ। ਕਿੱਥੇ ਨਾ ਕਿਤੇ ਸਾਡੀ ਕਮੀ ਰਹੀ ਇਤਿਹਾਸ ਦੱਸਣ ਵਿੱਚ, ਵੀ ਸਾਡਾ ਇਤਿਹਾਸ ਕੀ ਸੀ ਅਤੇ ਅਸੀਂ ਕਿਹੜੇ ਪਿਓ ਦੇ ਬੱਚੇ ਹਾਂ, ਅਤੇ ਐਵੇਂ ਭੁੱਲੀ ਜਾਂਦੇ ਹਾਂ। ਭਾਈ ਸਾਹਿਬ ਜੀ ਕੀ ਕਹੋਗੇ ਵੀ ਇੱਥੇ ਪਹਿਲੀ ਵਾਰ ਹੋਇਆ ਕਿਸੇ ਮਾਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦੀ ਤਸਵੀਰ ਜਿਹੜੀ ਲੱਗੀ ਹੈ ਅਤੇ ਲੋਕ ਵੀ ਜਿਹੜੇ ਦੂਰ ਦੁਰਾਡੇ ਤੋਂ ਆ ਕੇ ਇੱਥੇ ਫੋਟੋਆਂ ਖਿਚਾ ਰਹੇ ਨੇ? ਹਾਂਜੀ, ਪਹਿਲੀ ਗੱਲ ਤਾਂ ਮੈਂ ਕਹਾਂ ਗੁਰੂ ਸਾਹਿਬ ਦਾ ਆਸਰਾ ਜਿਨ੍ਹਾਂ ਨੇ ਇਹੋ ਜਿਹਾ ਫੁਰਨਾ ਦਿੱਤਾ, ਅਤੇ ਉਸ ਤੋਂ ਉਪਰੰਤ ਸਾਨੂੰ ਐਸੀ ਮਤਲਬ ਕਿ ਇੱਕ ਸ਼ਕਤੀ ਦਿੱਤੀ ਜੋ ਆਪਾਂ ਇਸ ਕੰਮ ਕਰ ਸਕੀਏ। ਦੂਜਾ ਦੇਖੋ, ਸਾਡਾ ਇਤਿਹਾਸ ਬਹੁਤ ਵੱਡਾ, ਲੇਕਿਨ ਕਿਸੇ ਨਾ ਕਿਸੇ ਅਸੀਂ ਬਹੁਤ ਲੇਟ ਹੋ ਚੁੱਕੇ ਆਪਣੇ ਬੱਚਿਆਂ ਨੂੰ ਦੱਸਣ ਵਾਸਤੇ, ਠੀਕ ਹੈ। ਬਈ ਜਿਹੜੇ ਕ੍ਰਿਸਚਨ ਲੋਕ ਆ ਉਹਨਾਂ ਵਾਸਤੇ ਕ੍ਰਿਸਮਸ ਬਹੁਤ ਅੱਛਾ ਡੇ ਅੱਜ, ਲੇਕਿਨ ਅੱਜ ਦਾ ਦਿਨ ਸਾਡਾ ਇਤਿਹਾਸ ਇੰਨਾ ਵੱਡਾ ਹੈ ਜੋ ਸਾਡੇ ਬੱਚਿਆਂ ਨੂੰ ਨਹੀਂ ਪਤਾ ਹਾਲੇ। ਲੇਕਿਨ ਛੋਟਾ ਜਿਹਾ ਉਪਰਾਲਾ ਸੀ ਕਿ ਸਾਡੇ ਬੱਚਿਆਂ ਦੀ ਸ਼ਹਾਦਤ ਹੈ, ਗੁਰੂ ਸਾਹਿਬ ਦੀ ਸ਼ਹਾਦਤ ਹੈ, ਉਹ ਆਪਣੇ ਬੱਚਿਆਂ ਨੂੰ ਦੱਸ ਸਕੀਏ। ਦੇਖੋ, ਸਾਨੂੰ ਐਸਾ ਰਿਸਪੋਂਸ ਮਿਲ ਰਿਹਾ ਪੇਰੈਂਟਸ ਵੱਲੋਂ ਕਿ ਵੀ ਇਹੋ ਜਿਹਾ ਉਪਰਾਲਾ ਕਦੇ ਨਹੀਂ ਦੇਖਿਆ ਗਿਆ। ਮੈਡਮ, ਇੱਕ ਛੋਟੀ ਜਿਹੀ ਗੱਲ ਦੱਸਣਾ ਚਾਹਾਂਗਾ ਵੀ ਜਦੋਂ ਇਹਦਾ ਫੁਰਨਾ ਆਇਆ, ਮੈਂ ਵੀਰ ਜੀ ਅਸੀਂ ਪਵੇਲੀਅਨ ਮਾਲ 'ਚ ਆਏ, ਉਹ ਜਿੰਨਾ ਸਾਨੂੰ ਸਹਿਯੋਗ ਇੱਥੋਂ ਮਿਲਿਆ, ਇਤਾਂਸ਼ ਭਾਟੀਆ ਜੀ ਵੀਰ ਜੀ ਹੈ ਜਿਹੜੇ ਇੱਥੇ ਦੀ ਆਪਣਾ ਰਿਸਪੋਂਸੀਬਿਲਟੀ ਹੈ, ਉਹਨਾਂ ਨੇ ਮਤਲਬ ਕਿ ਇੱਕ ਮਿੰਟ ਲਗਾਇਆ, ਸਾਡੇ ਕਹਿਣ ਦੀ ਵੱਖਰੀ ਦੇਰ ਸੀ। ਉਹਨਾਂ ਨੇ ਪਹਿਲੇ ਕਿਹਾ ਵੀ ਵੈਲਕਮ ਲਗਾਓ, ਠੀਕ ਨਾ, ਜਦੋਂ ਮਰਜ਼ੀ ਲਗਾਓ। ਬਾਕੀ ਸਾਡੇ ਕੋਸ਼ਿਸ਼ ਇਹ ਹੈ ਕਿ ਵੀ ਇਸ ਵਾਰੀ ਕੱਟ ਆਊਟ ਲੱਗਿਆ, ਬੱਚਿਆਂ ਦਾ ਉਤਸ਼ਾਹ ਇੰਨਾ ਮਿਲ ਰਿਹਾ, ਪੇਰੈਂਟਸ ਦਾ ਉਤਸ਼ਾਹ ਮਿਲ ਰਿਹਾ, ਨੈਕਸਟ ਟਾਈਮ ਅਸੀਂ ਦੱਸਾਂਗੇ ਇਸ ਤੋਂ ਅੱਗੇ ਕੀ ਕਰ ਸਕਦੇ ਹਾਂ, ਤਾਂ ਕਿ ਬੱਚਿਆਂ ਨੂੰ ਸਾਡਾ ਇਤਿਹਾਸ ਪਤਾ ਰਿਹਾ। ਉਸ ਤੋਂ ਨੈਕਸਟ ਟਾਈਮ ਐਸਾ ਹੋਵੇ ਸਾਨੂੰ ਇਤਿਹਾਸ ਪੁੱਛਣ ਦੀ ਲੋੜ ਨਾ ਪਵੇ, ਬੱਚੇ ਇਤਿਹਾਸ ਅੱਗੇ ਵੰਡਣ ਕਿ ਸਾਡਾ ਇਤਿਹਾਸ ਇੰਨਾ ਵੱਡਾ। ਠੀਕ ਹੈ, ਕ੍ਰਿਸਮਸ ਡੇ ਹੈ, ਠੀਕ ਹੈ, ਅਸੀਂ ਮਨਾ ਰਹੇ ਹਾਂ, ਲੇਕਿਨ ਉਹ ਸਾਡਾ ਆਪਣਾ ਨਹੀਂ ਹੈ। ਆਪਣੇ ਪਿਓ ਨੂੰ ਪਿਓ ਕਹਾਂਗੇ ਨਾ ਤਾਂ ਮਾਣ ਪਿਓ ਕੋ ਕੁਛ ਲੈ ਸਕਦੇ ਹਾਂ। ਦੇਖੋ, ਮੇਰਾ ਫਰੈਂਡ ਹੈ, ਉਹਦੇ ਫਾਦਰ, ਉਹਨੇ ਰਿਸਪੈਕਟ ਕਰਨਾ ਮੇਰਾ ਫਰਜ਼ ਹੈ, ਲੇਕਿਨ ਆਪਣੇ ਪਿਓ ਤੋਂ ਇਲਾਵਾ ਕਿਸੇ ਪਿਓ ਤੋਂ ਨਹੀਂ ਕਹਿ ਸਕਦੇ, ਠੀਕ ਹੈ ਨਾ। ਜੋ ਆਪਣੇ ਪਿਓ ਕੋਲ ਲੈ ਸਕਦੇ ਕਿਸੇ ਕੋਲ ਨਹੀਂ ਲੈ ਸਕਦੇ। ਬਾਕੀ ਇਹ ਹੈ ਕਿ ਵੀ ਆਪ ਜੇ ਮੀਡੀਆ ਸਹਾਰਾ ਹੈ, ਠੀਕ ਨਾ, ਬਹੁਤ ਅੱਛਾ ਰਿਸਪੋਂਸ ਮਿਲਦਾ। ਇੱਕ ਕੱਟ ਆਊਟ ਸਾਡਾ ਇੱਥੇ ਲੱਗਿਆ ਜੀ, ਇੱਕ ਗ੍ਰੈਂਡ ਵਾਕ ਹੈ ਜੀ, ਇੱਕ ਦੁਖਵਾਨ ਸਾਹਿਬ। ਜੇ ਪਰਮਾਤਮਾ ਨੇ ਕੀਤਾ, ਗੁਰੂ ਸਾਹਿਬ ਨੇ ਆਸਰਾ ਬਖਸ਼ਿਆ, ਅਤੇ ਨੈਕਸਟ ਈਅਰ ਜਿੰਨੇ ਵੀ ਆਪਣੇ ਮੌਲਸ ਹੈ, ਐਨਸੀਆ ਜਿੰਨੇ ਵੀ ਮੌਲਸ ਹੈ, ਉਹ ਸਾਰਾ ਕੱਟ ਲਵਾਉਂਗੇ। ਬਾਕੀ ਆਪ ਜੀ ਦਾ ਸਹਿਯੋਗ ਰਹੇਗਾ। ਬਾਕੀ ਮੈਂ ਦੁਬਾਰਾ ਕਹਾਂ, ਲਵਲੀ ਵੀਰ ਜੀ, ਇਸ਼ਾਂਤ ਭਾਟੀਆ ਜੀ, ਪਵੇਲੀਅਨ ਮਾਲ ਦੇ ਵਿੱਚੋਂ ਸਾਨੂੰ ਇੰਨਾ ਰਿਸਪੋਂਸ ਮਿਲਿਆ, ਅਸੀਂ ਸੋਚ ਨਹੀਂ ਸਕਦੇ ਸੀ ਵੀ ਸਾਡੇ ਨਾਲ ਵੱਧ ਪਿਆਰ ਦੇਣਾ ਇਹ 'ਚ ਵਸਿਆ। ਇੱਕ ਨਾ ਪ੍ਰਣ ਵੀ, ਸਲੋਗਨ ਵੀ ਲਿਖਿਆ ਹੋਇਆ, ਤੇਰਾ ਹਾਂ ਤੇਰਾ ਹੀ ਰੂਪ ਅਪਣਾਵਾਂਗਾ। ਹੁਣ ਤੱਕ ਕਿੰਨੇ ਲੋਕਾਂ ਨੇ ਪ੍ਰਣ ਕੀਤਾ? ਭੈਣ ਜੀ ਦੇਖੋ, ਕੱਲ੍ਹ ਕਾਫੀ ਅੱਛੇ ਬੰਦੇ ਆਏ ਸੀ, ਪ੍ਰਣ ਕਰ ਗਏ ਹੈ, ਇੱਕ ਕੁਛ ਅੱਜ ਸਾਊਂਡ ਹੋਣ ਦੇ ਕਾਰਨ, ਠੀਕ ਨਾ, ਥੋੜ੍ਹਾ ਰਿਸਪੋਂਸ ਨਹੀਂ ਮਿਲ ਰਿਹਾ ਮਤਲਬ ਕਿ, ਲੇਕਿਨ ਕੱਲ੍ਹ ਤੋਂ ਹੋਊਗਾ। ਦੇਖੋ, ਕਿੱਥੇ ਨਾ ਕਿੱਥੇ ਅਸੀਂ ਨਾ ਭੁੱਲੇ ਹੋਏ ਹਾਂ, ਠੀਕ ਨਾ, ਪਤਾ ਸਭ ਕੁਛ ਹੈ, ਇੱਕ ਰਾਹ ਦਿਖਾਉਣ ਦੀ ਲੋੜ ਹੈ ਬਸ, ਠੀਕ ਨਾ। ਤੇਰਾ ਹਾਂ ਤੇਰਾ ਹੀ ਰੂਪ ਬਣਾਵਾਂਗਾ, ਠੀਕ ਨਾ, ਕੇਸ ਕਤਲ ਕਰਾਏ ਹਾਂ, ਠੀਕ ਨਾ, ਜਾਣੇ ਵਿੱਚ ਅਣਜਾਣੇ ਵਿੱਚ, ਠੀਕ ਨਾ, ਭੁੱਲੇ ਪਏ ਹਾਂ ਜੇ ਚੇਤੇ ਕਰਾ ਤੇ ਨਾ। ਮੈਂ ਕਹਿੰਦਾ ਤੁਸੀਂ ਕੋਈ ਕਿਸੇ ਕਹਿ ਕੇ ਦੇਖੋ, ਵਾਪਸੀ ਆਉਣ ਤਾਂ ਲਾਈਨ ਲੱਗੀ ਹੋਈ ਹੈ, ਠੀਕ ਨਾ। ਕਿੰਨੇ ਬੰਦੇ ਦੁਬਾਰਾ ਸਿੱਖ ਸਾਜ ਰਹੇ ਨੇ, ਠੀਕ ਨਾ, ਆਪਣਾ ਇਤਿਹਾਸ ਪਤਾ ਲੱਗ ਰਿਹਾ। ਕਿੱਥੇ ਨਾ ਕਿਤੇ ਸਾਡੀ ਕਮੀ ਰਹੀ ਇਤਿਹਾਸ ਦੱਸਣ ਵਿੱਚ ਵੀ ਸਾਡਾ ਇਤਿਹਾਸ ਕੀ ਸੀ ਅਤੇ ਅਸੀਂ ਕਿਹੜੇ ਪਿਓ ਦੇ ਬੱਚੇ ਹਾਂ, ਅਤੇ ਐਵੇਂ ਭੁੱਲੀ ਜਾਂਦੇ ਹਾਂ, ਠੀਕ ਨਾ। ਤੇਰਾ ਹਾਂ ਤੇਰਾ ਰੂਪ ਬਣਾਵਾਂਗਾ, ਇਹਦਾ ਮਤਲਬ ਕਿ ਕੇਸ ਦਾੜੀ ਪੂਰਾ ਸਾਰ ਸਜਾ ਕੇ ਤੇਰੇ ਸਾਹਮਣੇ ਫਿਰ ਪੇਸ਼ ਹੋਵਾਂਗਾ ਅਤੇ ਤੈਨੂੰ ਆਪਣਾ ਪਿਓ ਖਵਾਵਾਂਗਾ, ਠੀਕ ਹੈ ਜੀ।